ਖੁਸ਼ਬੂ ਦੀਆਂ ਜ਼ਰੇਬਾਂ ਲਈ ਜਾ ਜਿਵੇਂ ਮਨ ਦਿਆਰ ਮਨੈ ਜਾ ਜੇ ਮੈਂ ਤੈਨੂੰ ਇੱਕ ਕੰਮ ਦੀ ਗੱਲ ਦੱਸਾਂ ਤੂੰ ਸੁਣ ਤੇ ਦਰੋਦ ਪੁਚੈ ਸੱਲੱਲਾਹੁ ਅਲੈਹਿ ਕਾਇਆ ਰਸੂਲ ਅੱਲਾਹ ਵਸੱਲਮ ਅਲੈਕਾ ਹਬੀਬ ਅੱਲਾਹ ਮਿਲਕਰ ਬੜੀਏ ਸੱਲੱਲਾਹੁ ਅਲੈਹਿ ਕਾਇਆ ਯਾ ਰਸੂਲ ਅੱਲਾਹ ਵਸੱਲਮ ਅਲੈਕਾ ਹਬੀਬ ਅੱਲਾਹ ਬਖਸ਼ਿਸ਼ ਕਾ ਮੇਰੀ ਦੋਸਤੋ ਸਾਮਾਨ ਹੋ ਗਿਆ ਜਬ ਸੇ ਦਰੇ ਨਬੀ ਕਾ ਮੈਂ ਮਹਿਮਾਨ ਹੋ ਗਿਆ ਬਖਸ਼ਿਸ਼ ਕਾ ਮੇਰੀ ਦੋਸਤੋ ਸਾਮਾਨ ਹੋ ਸੇ ਦਰੇ ਨਬੀ ਕਾ ਮੈਂ ਮਹਿਮਾਨ ਹੋ ਗਿਆ ਪੜ੍ਹਨੇ ਲਗਾ ਦਰੂਦ ਮੈਂ ਜਬ ਸੇ ਹਜ਼ੂਰ ਪਏ ਪੜ੍ਹਨੇ ਲਗਾ ਦਰੂਦ ਮੈਂ ਜਬ ਸੇ ਹਜ਼ੂਰ ਪਏ ਹਰ ਕਾਮ ਮੇਰੇ ਵਾਸਤੇ ਆਸਾਨ ਹੋ ਗਿਆ ਹਰ ਕਾਮ ਮੇਰੇ ਵਾਸਤੇ ਆਸਾਨ ਹੋ ਗਿਆ ਜਬ ਸੇ ਦਰੇ ਨਬੀ ਕਾ ਮੈਂ ਮਹਿਮਾਨ ਹੋ ਗਿਆ ਜਿਸਕੋ ਵੀ ਹੋ ਗਈ ਹੈ ਉਲਫਤ ਹਜ਼ੂਰ ਸੇ ਜਿਸਕੋ ਵੀ ਹੋ ਗਈ ਹੈ ਉਲਫਤ ਹਜ਼ੂਰ ਸੇ ਕੋਈ ਬਣਾ ਬਿਲਾਲ ਕੋਈ ਸਲਮਾਨ ਹੋ ਗਿਆ ਸੇ ਦਰੇ ਨਬੀ ਕਾ ਮੈਂ ਮਹਿਮਾਨ ਹੋ ਗਿਆ ਜਬ ਸੇ ਦਰੇ ਨਬੀ ਕਾ ਮੈਂ ਮਹਿਮਾਨ ਹੋ ਗਿਆ ਦੁਨੀਆ ਮੈਂ ਬੇਮਿਸਾਲ ਹੈ ਵੋ ਆਸ਼ਿਕ ਬੇਮਿਸਾਲ ਹੈ ਵੋ ਆਸ਼ਿਕ ਨਬੀ ਜੋ ਹੁਰਮਤੇ ਰਸੂਲ ਪੇ ਕੁਰਬਾਨ ਹੋ ਗਿਆ ਦੁਨੀਆ ਮੈਂ ਬੇਮਿਸਾਲ ਹੈ ਮੁਮਤਾਜ਼ ਕਾਦਰੀ ਦੁਨੀਆ ਮੈਂ ਮੁਮਤਾਜ਼ ਕਾਦਰੀ ਜੋ ਹੁਰਮਤੇ ਰਸੂਲ ਪੇ ਕੁਰਬਾਨ ਹੋ ਗਿਆ ਜਬ ਸੇ ਦਰੇ ਨਬੀ ਕਾ ਮੈਂ ਮਹਿਮਾਨ ਹੋ ਗਿਆ ਐਸੇ ਪੜ੍ਹਾ ਹੁਸੈਨ ਨੇ
एहसान मंद आपका कुरान हो गया। जब से दरे नबी का मैं मेहमान हो गया, बख्शीश का मेरी दोस्तों सामान हो गया। जब से दरे नबी का मैं मेहमान हो गया,